ਹਜ਼ਾਰ ਦੇ ਪਏ ਬੁਲਟ ਦੇ ਪਟਾਕੇ। ਸਾਇਲੈਂਸਰ ਮੋਡੀਫਾਈ ਕਰਵਾ ਲਾਉਂਦਾ ਸੀ ਗੇੜੀਆਂ। ਪੁਲਿਸ ਨੇ ਕੱਟਤਾ ਮੋਟਾ ਚਲਾਨ। ਜੀ ਹਾਂ, ਤਸਵੀਰਾਂ ਦੇ ਵਿੱਚ ਇਹ ਜੋ ਸ਼ਖਸ ਬੁਲਟ ਤੇ ਬੈਠ ਕੇ ਪਟਾਕੇ ਪਾ ਰਿਹਾ ਹੈ, ਇਸ ਨੂੰ ਪਟਾਕੇ ਪਾਉਣੇ ਮਹਿੰਗੇ ਪੈ ਗਏ ਨੇ, ਕਿਉਂਕਿ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕਰਕੇ ਇਸ ਦਾ 53,000 ਰੁਪਏ ਦਾ ਚਲਾਨ ਕੱਟ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਆਪਣੇ ਬੁਲਟ ਤੇ ਸਵਾਰ ਹੋ ਕੇ ਸਾਇਲੈਂਸਰ ਨੂੰ ਮੋਡੀਫਾਈ ਕਰਵਾ ਕੇ ਪਟਾਕੇ ਪਾਉਂਦਾ ਗਲੀਆਂ 'ਚ ਗੇੜੇ ਲਾਉਂਦਾ ਸੀ। ਜਿਸ ਦੌਰਾਨ ਇਲਾਕੇ 'ਚੋਂ ਗੁਜ਼ਰ ਰਿਹਾ ਸੀ ਤਾਂ ਉੱਥੇ ਹੀ ਪੁਲਿਸ ਦੇ ਵੱਲੋਂ ਇਸ ਨੂੰ ਰੋਕਿਆ ਜਾਂਦਾ ਹੈ ਤੇ ਮੌਕੇ ਤੇ ਹੀ ਬੁਲਟ ਚਲਾ ਕੇ ਪਟਾਕੇ ਪਾ ਕੇ ਦੇ ਕੇ ਫਿਰ ਉਸਦਾ ਮੋਟਾ ਚਲਾਨ ਕੱਟਿਆ ਜਾਂਦਾ ਹੈ। 53,000 ਰੁਪਏ ਦਾ ਚਲਾਨ ਇਸ ਸ਼ਖਸ ਦਾ ਕੱਟਿਆ ਗਿਆ ਹੈ। ਇੱਥੇ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਤੋਂ ਜਦੋਂ ਬੁਲਟ ਦੇ ਕਾਗਜ਼ ਮੰਗੇ ਗਏ ਤਾਂ ਉਸਦੇ ਕੋਲ ਕਾਗਜ਼ ਵੀ ਨਹੀਂ ਸੀ, ਨਾ ਹੀ ਬੁਲਟ ਦੀ ਕੋਈ ਆਰਸੀ, ਨਾ ਕੋਈ ਬੀਮਾ, ਨਾ ਹੀ ਕੋਈ ਪ੍ਰਦੂਸ਼ਣ ਤੇ ਨਾ ਹੀ ਲਾਇਸੈਂਸ ਬਣਿਆ ਸੀ। ਇਸ ਨੌਜਵਾਨ ਦੇ ਕੋਲ ਗੱਡੀ ਦੇ ਕਾਗਜ਼ਾਂ ਤੋਂ ਲੈ ਕੇ ਡਰਾਈਵਿੰਗ ਲਾਇਸੈਂਸ ਤੱਕ ਨਹੀਂ ਮਿਲਿਆ, ਜਿਸ ਕਰਕੇ ਪੁਲਿਸ ਨੇ ਇਸਦਾ 53,000 ਦਾ ਚਲਾਨ ਕੱਟਿਆ। ਨਾਲ ਹੀ ਇਸਦਾ ਬੁਲਟ ਵੀ ਜ਼ਬਤ ਕਰ ਲਿਆ ਹੈ। ਇਹ ਮਾਮਲਾ ਕੈਥਲ ਦੇ ਹੁੱਡਾ ਸੈਕਟਰ 19 ਦੀ ਮਾਰਕੀਟ ਦਾ ਹੈ, ਜਿੱਥੇ ਵੀਨੂ ਨਾਮ ਦਾ ਇਹ ਨੌਜਵਾਨ ਬੁਲਟ ਚਲਾ ਰਿਹਾ ਸੀ, ਸਾਇਲੈਂਸਰ ਨੂੰ ਮੋਡੀਫਾਈ ਕਰਵਾਇਆ ਹੋਇਆ ਸੀ, ਗੇੜੀਆਂ ਲਾ ਰਿਹਾ ਸੀ ਤੇ ਬੁਲਟ ਦੇ ਪਟਾਕੇ ਪਾ ਰਿਹਾ ਸੀ। ਇਸੇ ਦੌਰਾਨ ਹੀ ਮਾਰਕੀਟ 'ਚ ਖੜੀ ਪੁਲਿਸ ਦੇ ਵੱਲੋਂ ਹੀ ਇਸ ਨੂੰ ਰੋਕ ਲਿਆ ਜਾਂਦਾ ਹੈ ਤੇ ਮੌਕੇ ਤੇ ਹੀ ਇਸਦਾ 53,000 ਦਾ ਚਲਾਨ ਕੱਟ ਦਿੱਤਾ ਜਾਂਦਾ ਹੈ। ਨਾਲ ਹੀ ਉਸ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਦੁਬਾਰਾ ਅਜਿਹਾ ਨਾ ਕੀਤਾ ਜਾਏ।